एक रात में एंबुलेंस में टायर भी लग गए और एक ही रात में एंबुलेंस के अंदर क्रिटिकल केयर का सामान भी आ गया यह जादूगरी जम्मू कश्मीर के अलावा कहीं नहीं हो सकती और मैं बात कर रहा हूं सीएचसी खौड़ की कम्युनिटी हेल्थ सेंटर सेंटर खौड़ की बात कर रहा हूं वहां पर एक एंबुलेंस एक लंबे समय से सरकार ने क्रिटिकल केयर एंबुलेंस सीएचसी एच को दी उस क्रिटिकल केयर एंबुलेंस के टायर गायब हो गए उसके अंदर मशीनरी थी ही नहीं और ये मैंने अपनी आंखों से सीएचसी खोड़ में देखा है और हमने सिर्फ देखा ही नहीं है बल्कि उस सीएचसी के ऊपर हम लोगों ने एक स्टोरी भी की थी वो स्ट्रेट लाइन पर आपको कहीं मिल जाएगी वो स्टोरी लेकिन जब एक समाज सेवक ने इस मामले में शिकायत की और शिकायत करने के बाद अब उस इंतजार में थे कि सरकार इस शिकायत का संज्ञान लेगी और उस शिकायत पर इंक्वायरी होगी तो आपको जानकर हैरानी होगी कि इंक्वायरी तो हुई रातों रात लेकिन जि, जिस जिस सुबह इंक्वायरी कमेटी ने वहां आना था उसी रात में टायर भी लग गए और सारा साजो सामान भी गाड़ी के अंदर आ गया ऐसा कहना है मेरे साथ शंबू हैं ये बेसिकली एक समाज सेवक है आइए इनसे बात करते हैं शंबू जी सबसे पहले मुझे ये बताइएगा कि अब तो टायर भी लग गए गाड़ी के अंदर सामान भी आ गया शिकायत क्या है आपकी शुक्रिया सर पहले सब तो पहला टीएस न्यूज का ਸਰ ਮੈਂ ਇਸ ਮਸਲੇ ਪਰ ਬੜੀ ਦੇਰ ਦਾ ਲੱਗੇ ਦਾ ਮੈਂ ਇਸ ਮਸਲੇ ਪਰ ਦੋ ਤਿੰਨ ਆਰਟੀ ਆਈਆਂ ਵੀ ਲਾਈਵ ਡੀਆਂ ਔਰ ਮੈਂ ਡੀਸੀ ਸਾਹਿਬ ਕੋਲ ਇਹ ਰੇ ਪੂਰੀ ਅਪਲੀਕੇਸ਼ਨ ਦਿੱਤੀ ਉਹਨੇ ਇਹਰੇ ਪਰ ਇਨਕੁਆਰੀ ਕੰਡਕਟ ਕੀਤੀ ਹੂੰ ਔਰ ਇਹ ਬਾਅਦ ਮੈਂ ਇੱਕ ਗ੍ਰੀਵੈਂਸ ਵਿੱਚ ਪਾਇਆ ਗ੍ਰੀਵੈਂਸ ਦੇ ਬਾਅਦ ਮੈਂ ਭੁਪਿੰਦਰ ਕੁਮਾਰ ਉਹਨੇ ਵੀ ਪਾਇਆ ਸੈਕਟਰੀ ਜਿਹੜੇ ਹੂੰ ਤੇ ਉਹਰੇ ਬਾਅਦ ਮੇਂ ਥੋੜੇ ਦਿਨ ਬਾਅਦ ਫੋਨ ਆਉਂਦਾ ਕਿ ਤੁਸੀਂ ਘਰ ਹਾਂ ਬਿਲਕੁਲ ਘਰ ਇੱਕ ਟੀਮ ਆਂਦੀ ਹੈ ਜੰਮੂ ਦਾ ਸੀਐਮਓ ਦਫਤਰ ਤੋਂ ਉਹ ਆਹਦੇ ਸੇ ਉੱਥਾ ਹਵਾ ਦੇ ਤੋ ਸਾਈ ਆਓ ਠੀਕ ਜਿਸ ਟਾਈਮ ਸਰ ਮੈਂ ਉੱਥੇ ਜੰਨਾ ਤੇ ਕਮੇਟੀ ਆਪਣਾ ਜਿਹੜਾ ਕੰਮ ਕਰਦੀ ਹੈ ਉੱਥਾ ਉਹਨੇ ਆਪਣੀ ਪੂਛਤਾਸ਼ ਕੀਤੀ ਔਰ ਇਹ ਬਾਅਦ ਜਦੋਂ ਮੈਂ ਐਂਬੂਲੈਂਸ ਦੇਖਣਾ ਤਾਂ ਮੇਰੇ ਮਨੋ ਕਿ ਮੀਂਹ ਲੱਗਾ ਕੋਈ ਖਾਵ ਹੈ ਜਿਸ ਐਂਬੂਲੈਂਸ ਦੀ ਇਟੇਂ ਪਰ ਖੜੋਤੀ ਸੀ ਪੱਥਰੇ ਪਰ ਖੜੋਤੀ ਸੀ ਔਰ ਚਾਰੇ ਟਾਇਰ ਨਹੀਂ ਔਰ ਅੰਦਰ ਕ੍ਰਿਟੀਕਲ ਕੇਅਰ ਦਾ ਸਾਰਾ ਸਮਾਨ ਬਾਹਰ ਕੱਢੂ ਡਾ ਹੈ ਜਿਹਨੇ ਮਤਲਬ ਵੇਚੀ ਵਿੜਾਹਾ ਉਹ ਜਦੋਂ ਮੈਂ ਦੇਖਣਾ ਉਹ ਪੂਰੀ ਬਿਲਕੁਲ ਆਪਣੇ ਇਆਂ ਬਿਲਕੁਲ ਨਵੀਂ ਐਂਬੂਲੈਂਸਾਂ ਘਰੇ ਨੇ ਬਣਾਇੜੀ ਔਰ ਇਹ ਅੰਦਰ ਟਾਇਰ ਨਵੇਂ ਲੱਗੇ ਇਹਦੇ ਉਸੀ ਕ੍ਰਿਟੀਕਲ ਕੇਅਰ ਦਾ ਸਾਰਾ ਸਮਾਨ ਆਈ ਇਹਦਾ ਔਰ ਇਹਵੇਂ ਇੰਜਨ ਜਾਂ ਖਦਾਵਾ ਵਿੱਚ ਇਹ ਮੇਰੇ ਕੋਲ ਇਹਵੇਂ ਅਖਬਾਰਾਂ ਵੀ ਲਵਾ ਦੀਆਂ ਦੇਖੋ ਤੁਸੀਂ ਜੰਮੂ ਜਟਿੰਗ ਦੀ ਇੱਕ ਖਬਰ ਹੈ ਇਹਦੇ ਵਿੱਚ ਐਮਬੂਲੈਂਸ ਦੇ ਵਿਖਾ ਦਿਓ ਤੁਸੀਂ ਹੂੰ ਠੀਕ ਹੈ ਲੱਭਾਂ ਦੀ ਲੱਭਾਂ ਦੀ ਐਮਬੂਲੈਂਸ ਲੱਭ ਅੱਗੇ ਐਮਬੂਲੈਂਸ ਦੇ ਉੱਪਰ ਬੂਚੜ ਜੰਮੇ ਰਿਹਾ ਕਾ ਜੰਮੇ ਦਾ ਔਰ ਇੱਕ ਇਟੇਮ ਰਖੜੁੱਤੀ ਦੀ ਹੈ ਠੀਕ ਜਦੋਂ ਇਨਕੁਆਰੀ ਟੀਮ ਆਉਂਦੀ ਹੈ ਤਾਂ ਉਸੀ ਟਾਇਰ ਵੀ ਲੱਗੇ ਇਹਦੇ ਕ੍ਰਿਟੀਕਲ ਕੇਅਰ ਦਾ ਸਮਾਨ ਵੀ ਪਈ ਇਹਦਾ ਠੀਕ ਇਹ ਸਰ ਜਿਹੜੀ ਇਨਕੁਆਰੀ ਹੈ ਨਾ ਇਹ ਇੱਕ ਸਿਰਫ ਸਾਨੂੰ ਲੋਕੇ ਦਿਖਾਵਾ ਆ ਠੀਕ ਦਿਖਾਵਾ ਹੈ ਕਿਉਂਕਿ ਮੈਂ ਤੁਸੇ ਆਖਣਾ ਕਿ ਜੀਆਂ ਅਰਜੋਰੀ ਹਸਪੀਟਲ ਇੱਕ ਮਾਮਲਾ ਆਇਆ ਕਿ 5-5000 ਰੁਪਏ ਦੋ ਬੰਦੇ ਕੋਲੋਂ ਲਏ ਗਿਆ ਜਿਹੜੇ ਐਕਸ ਸਰਵਿਸਮੈਨ ਹੈ ਡਾਕਟਰ ਨੇ ਲਿਆ ਔਰੇ ਪਰ ਵੀ ਇਨਕੁਆਰੀ ਕੰਡਕਟ ਹੋਈ ਨੁਸ਼ਾਇਰਾ 2200 ਰੁਪਏ ਬੱਚੇ ਕੋਲੋਂ ਲਾਇਆ ਦੇ ਇਹ ਔਰੇ ਪਰ ਵੀ ਇਨਕੁਆਰੀ ਕੰਡਕਟ ਹੋਈ ਇੱਕ ਕੁੜੀ ਅਰਜੋਰੀ ਮਰੀ ਗਈ ਔਰੇ ਪਰ ਵੀ ਇਨਕੁਆਰੀ ਕੰਡਕਟ ਹੋਈ ਮੀ ਆ ਜਿੱਕਰ ਤੋਂ ਟੋੜ ਦਸੋ ਤੋ ਇਨਕੁਆਰੀ ਇਸ ਤਰ੍ਹਾਂ ਦੀ ਹੁੰਦੀ ਆ ਇਨਕੁਆਇਰੀ ਵਿੱਚ ਆਂਦਾ ਕੋਣ ਹੈ ਸੀਐਮਓ ਦਫ਼ਤਰ ਦੇ ਦੋ ਬੰਦੇ ਇੱਕ ਬੀਐਮਓ ਖਨੂਰ ਬੀਐਮਓ ਖਨੂਰ ਦੀ ਮੈਂ ਪੁੱਛਣਾ ਚਾਹੁੰਦਾ ਕਿ ਅਗਰ ਤੁਸਾਂ ਨੂੰ ਆਏ ਹੋ ਇਨਕੁਆਇਰੀ ਤੁਸਾਂ ਆਪਣਾ ਹਸਪੀਟਲ ਦੇਖੋ ਆ ਰਮੀ ਨੇ 2 ਜਾਂ 3 ਖਬਰਾਂ ਜੰਮੂ ਪਰਵਰਤਨ ਉੱਪਰ ਲੱਗਦੀਆਂ ਹੁੰਦੀਆਂ ਹੋਰੀਆਂ ਉੱਥੇ ਬੁਰੀ ਹਾਲਤ ਉਸ ਬੰਦੇ ਤੋਂ ਹੈ ਇਨਕੁਆਇਰੀ ਵਿੱਚ ਪਾਇਦਾ ਔਰ ਇਨਕੁਆਇਰੀ ਆ ਰਹੀ ਹੈ ਕਿ ਬੀਐਮਓ ਦੀਆਂ ਟ੍ਰੀਟ ਕਰਾਇਆ ਜਫੀਆਂ ਮਾਰੀ ਮਾਰੀ ਆ ਬੀਐਮਓ ਨਾ ਬੀਐਮਓ ਦੇ ਖਿਲਾਫ ਬੋਲਣਾ ਕਦੇ ਵੀ ਉਹਨਾਂ ਰਿਪੋਰਟ ਬਣਾਣੀ ਉਨਾ ਮੀ ਦਾ OS40 ਦਾ ਮੇਰਾ ਦਿਮਾਗ ਕਰਾ ਦੇ ਇਹ ਨਹੀਂ ਨਹੀਂ ਸਿਰਫ ਫਾਲਟ ਆਈ ਆ ਇਹਦੇ ਟਾਇਰ ਇਥਾ ਅੰਦਰ ਗਿਆ ਹੈ ਇਹਦਾ ਸਮਾਨ ਅੰਦਰ ਗਿਆ ਹਾ ਅੰਦਰ ਕੀ ਕਰਾਦਾ ਹੋ ਟਾਈ ਸਾਲੇ ਦਾ ਪਹਿਲਾਂ ਮੈਂ ਸੁਣਾਉ ਔਰ ਜੁਲੈਂ ਇਨਕੁਆਰੀ ਟੀਮ ਦੇ ਸਾਹਮਣੇ ਮੈਂ ਆਖਿਆ ਮੈਂ ਖੋਲੋ ਇਹਦਾ ਇੰਜਨ ਵਗੈਰਾ ਖੋਲੋ ਹਮ ਇੰਜਨ ਖੋਲ ਲੈਣੀ ਆ ਦੋ ਤਿੰਨ ਬੰਦੇ ਲੱਗੇ ਇੰਜਨ ਖੋਲਿਆ ਉਹਦੇ ਅੰਦਰ ਮਤਲਬ ਕਿ ਕੁਛ ਰੇਹ ਦਾ ਗਿਆ ਨਹੀਂ ਆ ਔਰ ਅੰਦਰ ਸਿਰਫ ਜੰਗਲ ਝਾੜ ਬਣਿਆ ਦਾ ਪੂਰਾ ਮੈਂ ਇਹ ਵੱਖਣਾ ਚਾਹਨਾ ਪ੍ਰਸ਼ਾਸਨ ਦੀ ਕਿ ਅਗਰ 2015 ਮਾਡਲ ਐਂਬੂਲੈਂਸ ਦੋ ਐਂਬੂਲੈਂਸ ਇਕੱਠੀਆਂ ਆਈਆਂ ਜੇ ਐਮ ਜੂ ਏ ਜੇ 675 7 ਸਾਲ ਹੋਏ ਤੇ 7 ਸਾਲ ਹੋਏ ਮੈਂ ਤੁਸੀਂ ਉਹਨੇ ਅਫਸਰਾਂ ਇਹ ਆਖਣਾ ਚਾਹਨਾ ਜਿਹੜੀ ਹੁੰਦੇ ਕੋਲ ਗੱਡੀਆਂ 2015 ਮਾਡਲ ਦੇ ਡੋਮੀ ਕੁਆੜ ਵਿੱਚ ਤੁਸੀਂ ਆਪਣੇ ਘਰ ਉਸੇ ਗੱਡੀਆਂ ਟਾਕੀਆਂ ਮਾਰੀ ਮਾਰੀ ਰੱਖਦੇ ਹੋ ਇਹ ਗੌਰਮੈਂਟ ਦਾ ਪੈਸਾ 60 ਲੱਖ ਰੁਪਏ ਦੀ ਐਂਬੂਲੈਂਸ ਹੈ ਜੂਸੀ ਤੋਂ ਹੈ ਕੁਆੜ ਕਾ ਜੂੜਦਾ ਹਾ ਉਸੇ ਤੋਂ ਹੁਣ ਰਾਤੋਂ ਰਾਤ ਕਾਲੀ ਟਾਇਰ ਲੱਗੇ ਅਬ ਗਾੜੀ ਚੱਲ ਰਹੀ ਹੈ ਜਾਂ ਅਭੀ ਵੀ ਐਂਬੂਲੈਂਸ ਨਹੀਂ ਨਹੀਂ ਚੱਲ ਰਹੀ ਉਹ ਗਾੜੀ ਗੱਡੀ ਨਹੀਂ ਚਲਾਦੀ ਗੱਡੀ ਨਹੀਂ ਚਲਾਈ ਲਿਸ਼ਕਾਈ ਵੀ ਦਿੱਤੀ ਉਹਨੇ ਗੱਡੀ ਨਹੀਂ ਚਲਾਦੀ ਐ ਗੱਡੀ ਚੱਲਨੀ ਕੋਥਾ ਰਾਂ ਇੰਜਨ ਕੇ ਸੀਜ਼ ਹੋਈ ਇਹਦਾ ਇੰਦੀ ਵਜ੍ਹਾ ਕੱਣਾ ਇਹਦਾ ਜ਼ਿੰਮੇਵਾਰ ਕੌਣ ਹੈ ਠੀਕ ਔਰ ਇੱਕ ਮਸਲਾ ਹੋ ਰਹਾ ਸਰ ਇਹਦੇ ਵਿੱਚ ਮੈਂ ਇੱਕ ਸਾਢੇ ਉਥੇ ਅਲਟਰਾਸਾਉਂਡ ਮਸ਼ੀਨ ਖਰੀਦੀ ਦੀ ਇਹਨੇ 2019 ਵਿੱਚ ਇਹ ਆਰਟੀਆਈ ਦਾ ਜਵਾਬ ਆ ਔਰ ਇਹਦੇ ਵਿੱਚ ਇਹਨੇ ਲਿਖਦਾ ਕਿ ਅਲਟਰਾਸਾਉਂਡ ਮਸ਼ੀਨ ਜਿਹੜੀ ਖਰਾਬ ਹੋਈ ਉਹਰੇ ਨੇ ਆਲਟਰਨੇਟ ਦੇ ਉੜਿਆ ਨੇ ਉਥੇ ਆਲਟਰਨੇਟ ਉਹ ਵੀ ਮੈਂ ਆਰਟੀਆਈ ਦਿੱਤੀ ਇਹ ਮਸ਼ੀਨ ਜਿਹੜੀ ਇਹਨੇ ਖਰੀਦੀ ਏ ਉਹ ਕੋਈ 1.5 ਸਾਲ ਵਿੱਚ ਗਾ ਖਰਾਬ ਹੋ ਗਈ ਮੈਂ ਜੋ ਜਨ ਇਨਕੁਆਇਰੀ ਟੀਮ ਗਏ ਦੇ ਹੁਣ ਮੈਂ ਉੱਬੀ ਦਸੀ ਮੈਂ ਉਹਨੇ ਆਖਿਆ ਮੈਂ ਇਹ ਚੀਜ਼ ਨਹੀਂ ਹੁੰਦੀ ਐ ਤੁਸੀਂ ਆਪਣਾ ਮੋਬਾਈਲ ਵੀ ਲੈਂਦੇ ਹੋ ਔਰੀ ਵੀ ਗਾਰੰਟੀ ਹੁੰਦੀ ਐ 1 ਸਾਲ ਦੀ ਔਰ ਇੰਸ਼ੋਰੈਂਸ ਹੁੰਦਾ ਸਭ ਕੁਝ ਹੁੰਦਾ 15 ਲੱਖ ਰੁਪਏ ਮਸ਼ੀਨ ਤੁਸੀਂ ਇੰਜ ਸੁੱਟੂੜੀ ਹੂੰ ਜੁਲਮੇ ਆਰਟੀਆ ਲਾਈ ਤਾ ਸੀਐਮਓ ਜੰਮੂ ਨਾ ਕੋੜਪਲਵਾਲ ਸਬ ਡਿਸਟ੍ਰਿਕਟ ਹਸਪੀਟਲ ਵਿੱਚਾਂ ਇੱਕ ਮਸ਼ੀਨ ਚੁੱਕੀ ਤੇ ਸਾਡੇ ਉਥੇ ਆਲਟਰਨੇਟ ਦੇ ਉੜੀ ਅੱਛਾ ਉਹ ਜਿਹੜੀ ਮਸ਼ੀਨ ਉਹਨੇ ਉੱਥੋਂ ਦਿੱਤੀ ਉਹ ਵੀ ਇਹਨੇ ਪਾਵਰ ਡਿਵੈਲਪਮੈਂਟ ਅਥਾਰਟੀ ਨੇ ਦੋ ਮਸ਼ੀਨਾਂ ਦਾਨ ਕੀਤੀਆਂ ਸੀ 43 ਲੱਖ ਰੁਪਏ ਦੀਆਂ ਉਹ ਮਸ਼ੀਨ ਇਹਨੇ ਸਾਡੇ ਉੱਥੇ ਇਹ ਜਿਹੜਾ ਛਪਾਣੇ ਦਾ ਹੈ ਨਾ ਆਪਣੀ ਨਾਕਾਮੀ ਇਹ ਉੱਥੇ ਲਾਈ ਹੈ ਮੈਂ ਇਹ ਪੁੱਛਣਾ ਚਾਹੁੰਦਾ ਇਹ ਜ਼ਿੰਮੇਵਾਰ ਕੌਣ ਹੈ ਇੰਨੀ ਕਟ ਜਾਂ ਸਮਾਨ ਜਿਹੜਾ ਖਰੀਦਾ ਦਾ ਹੈਲਥ ਡਿਪਾਰਟਮੈਂਟ ਇਹ ਜ਼ਿੰਮੇਵਾਰ ਕੌਣ ਹੈ ਮਸ਼ੀਨ ਖਰਾਬ ਤਾਂ ਅਸ ਬੋਲੀਏ ਤੇ ਤਾਂ ਉਹ ਲੱਗੀ ਐਂਬੂਲੈਂਸ ਖਰਾਬ ਹੈ ਤਾਂ ਅਸ ਬੋਲੀਏ ਅਰਜੀ ਬੋਲੀਏਗਾ ਲੈਣੀ ਤੇ ਤੁਸੀਂ ਕੀ ਕਰਨਾ ਉੱਥੇ ਡਾਕਟਰ ਵੀ ਨਹੀਂ ਆਉਂਦੇ ਸਰ ਮੈਂ ਤੁਸੀਂ ਇੱਕ ਸੁਣਾਦਾ ਸਾਡੇ ਉੱਥੇ ਡਾਕਟਰ ਟਾਈਮ ਦੇ ਨਹੀਂ ਆਉਂਦੇ ਔਰ ਹਫਤੇ ਦੇ ਇੱਕ ਦਿਨ ਆਉਂਦੇ ਇਹ ਜਿਹੜਾ ਬੀਐਮਓ ਸਾਹਿਬ ਇਹ ਵੀ ਵਿਚੇ ਭਾਰੇਗਾ ਹੁੰਦੇ ਮੈਂ ਨੇ ਆਰਟੀਆਈ ਦਿੱਤੀ ਸੀ ਔਰੇ ਵਿੱਚ ਮੈਂ ਨਹੀਂ ਜੁਲਾਈ ਮਹੀਨਾ ਗਵਰਨਮੈਂਟ ਦਾ ਆਰਡਰ ਕੱਢਿਆ ਕਿ ਤੁਸੀਂ ਆਪਣਾ ਜਿਹੜੀ ਬਾਇਓਮੈਟ੍ਰਿਕ ਅਟੈਂਡੈਂਸ ਕਰੋ ਜੁਲਾਈ ਮਹੀਨੇ ਮੈਂ ਨਹੀਂ ਲਈ ਉਹ ਸਦਾ ਮਸ਼ੀਨ ਨਹੀਂ ਲੱਗੀ ਹੋਇਆ ਅਗਸਤ ਤੇ ਸਤੰਬਰ ਦੀ ਲਈ ਮੈਂ ਇਹਦੇ ਕੋਲ 2 ਮਹੀਨੇ ਮੰਗੀ ਹੂੰ ਤਾਂ ਬੀਐਮਓ ਸਾਹਿਬ ਨੇ ਕੇ ਲਿਖਿਆ ਆਰਟੀਆਈ ਵਿੱਚ ਭਈ ਟੈਕਨੀਕਲ ਐਰਰ ਹੈ ਠੀਕ ਟੈਕਨੀਕਲ ਐਰਰ ਦੀ ਵਜ੍ਹਾ ਕੀ ਹੈ ਜੁਲਾ ਉੱਥੇ ਇਨਕੁਆਇਰੀ ਟੀਮ ਆਈ ਮੈਂ ਉਹਨੇ ਇਹ ਬੀਗਾ ਲਾਖੀ ਮੈਂ ਤੁਸ ਆਪਣੇ ਮੋਬਾਈਲ ਕੱਢੋ ਕੋਈ ਸਾਡੇ ਇੱਥੇ ਟਾਵਰ ਦੀ ਨਹੀਂ ਆਵ ਰਹੀ ਕੋਈ ਸਿਗਨਲ ਨਹੀਂ ਹੈ ਨਾ ਕਿਸ਼ ਮੈਂ ਇਹ ਆਂਦੇ ਗਏ ਨਹੀਂ ਇਹ ਤਾਂ ਇਹਨਾਂ ਨੂੰ ਕੁੱਥੂ ਦੇਣੀ ਸਾਨੂੰ ਬਾਇਓਮੈਟ੍ਰਿਕ ਠੀਕ ਬੜੇ ਸਾਰੇ ਐਸੇ ਡਾਕਟਰ ਆ ਔਰ ਜਿੰਨੇ ਵੀ ਉੱਥੇ ਮੈਡੀਕਲ ਅਫਸਰ ਲੱਗੇ ਦੇ ਸਰ ਹੂੰ ਉਹ ਸਾਰੇ ਨਾ ਜਿਹੜੇ ਉੱਥੇ ਪੇਸ਼ੈਂਟ ਆਂਦੇ ਹੋਣੇ ਐਸਾ ਮੈਨਿਪੂਲੇਟ ਕਰਦੇ ਆ ਹੂੰ ਉਹਦੇ ਦਿਮਾਗ ਵਿੱਚ ਐਸਾ ਪਾਉਂਦੇ ਆ ਕਿ ਉਹ ਫਲਾਣੇ ਹਸਪੀਟਲ ਜਾਓ ਉੱਥੇ ਇਲਾਜ ਕਰਾਓ ਸਾਡੇ ਉੱਥੇ ਮਿਆਂ ਖਾਂ ਬੜੇ ਸ਼ਰਮ ਦੀ ਗੱਲ ਔਰ ਆਸੀਂ ਇਹਡੇਡੇ ਵੱਡੇ ਖਾਬ ਦੱਸੇ ਜਾਂਦੇ ਆ ਮਾਰੇ ਬਿਸ਼ਵਗੁਰੂ ਬਣੀਆਣਾ ਇਹ ਘਰੀ ਉੜਨਾ ਹੈ 75 ਸਾਲ ਹੋਈਏ ਆਜ਼ਾਦੀ ਦੇ ਉਹਦਾ ਜਸ਼ਨ ਮਨਾਓ ਅੰਮ੍ਰਿਤਕਾਲ ਵਿੱਚ ਆਈਏ ਨਾ ਅੰਮ੍ਰਿਤਕਾਲ ਵਿੱਚ ਕੀ ਆ ਕਿ ਸਾੜੇ ਪੂਰੀ ਜਿਹੜੀ ਕਾਂਸੀਕਵੈਂਸੀ ਸੰਭ ਕਾਂਸੀਕਵੈਂਸੀ ਹਮ 1 ਲੱਖ ਪਾਪੂਲੇਸ਼ਨ ਆ ਉਰੀ ਹਮ ਓਰੇ ਵਿੱਚ ਕੀ ਆ ਕਿ ਇੱਕ ਡਾਕਟਰ ਨਹੀਂ ਆ ਅੱਖਿਆ ਰਾ ਉਥੇ ਪੂਰੀ ਕਾਂਸੀਕਵੈਂਸੀ ਵਿੱਚ ਠੀਕ ਬੱਚੀਆਂ ਰੜਾ ਡਾਕਟਰ ਨਹੀਂ ਹੈ ਕਿੰਨੇ ਸ਼ਰਮ ਦੀ ਗੱਲ ਹੈ ਬੱਚਿਆਂ ਰਹਿ ਨਹੀਂ ਆ ਅਰਥਵਾਰਾਂ ਨਹੀਂ ਆ ਇਹ ਸਾਰੇ ਡਾਕਟਰਾਂ ਦੇ ਨਾਂ ਵਿੱਚ ਲਿਖੇ ਦੇ ਸਾਰੇ ਮੈਡੀਕਲ ਅਫਸਰ ਲਾਏ ਦੇ ਉੱਥੇ ਉਹ ਵੀ ਨਹੀਂ ਟਾਈਮ ਆ ਦੇਉਂਦੇ ਆ ਔਰ ਅਸੀਂ ਕਿਹੜੇ ਭਾਰਤ ਵਿੱਚ ਜੀ ਆਦੇ ਆ ਠੀਕ ਮੁਝੇ ਅਬ ਇੱਕ ਸੇ ਬਤਾਓ ਅਬ ਇਹ ਜੋ ਮਾਮਲਾ ਬਤਾ ਰਹੇ ہیں ਇਸ ਵਿੱਚ ਆਪਨੇ ਕਹਾ ਕਿ ਜੋ ਐਮਬੂਲੈਂਸ ਵਹਾਂ ਪਰ ਖੜੀ ਥੀ ਉਸਮੇ ਟਾਇਰ ਨਹੀਂ ਥੇ ਉਸਮੇ ਸਾਮਾਨ ਨਹੀਂ ਥਾ ਉਹ ਸਭ ਕੁਝ ਆ ਗਿਆ ਚਲੋ ਉਹ ਆਪਨੇ ਸਾਮਾਨ ਸਾਰਾ ਲਗਵਾ ਦੀ ਐਮਬੂਲੈਂਸ ਤੋ ਚਲੇਗੀ ਨਹੀਂ ਤੋ ਸਾਮਾਨ ਲਗਵਾਣੇ ਸੇ ਔਰ ਟਾਇਰ ਲਗਵਾਣੇ ਕਾ ਫਾਇਦਾ ਕਿਆ ਹੋਗਾ ਸਰ ਫਾਇਦਾ ਕੁਛ ਨਹੀਂ ਆ ਫਾਇਦਾ एक पर्टिकुलर बंदे कोड़ा बिचाड़े के लिए ये टायर लगे ठीक इंक्वायरी टीम में आपको पहले बता दिया इंक्वायरी से कुछ नहीं होने वाला फोन आ गया था उनको पहले ही हमारे हैं उन्होंने पहले ही उसका पूरा काम-जैम रेडी कर दिया था पूरा टायर लग गए थे सब कुछ लग गया था ये एक लोक दिखावा है कि इंक्वायरी बैठी है क्योंकि ग्रीवेंस में डाला हुआ है हम्म हु गवर्नर ऑफिस से प्रेशर है डीसी ऑफिस से प्रेशर है अपने बंदे को बचाने के लिए ये टायर लगाएं जो मर्जी करें लेकिन जो रियलिटी है मैंने आपको बता दिया पेपर में भी आई हुई है मेरे पास वीडियो भी पड़ा हुआ है उसकी पुरानी पिक्चरें भी पड़ी हुई हैं ठीक ये तो एक बंदे को बचाने के लिए कर रहे हैं अब आप इस मामले में चाहते क्या हैं सर इस पर ना जो इंक्वायरी टीम है ना उसमें मैं चाहता हूँ कि जो इंक्वायरी टीम आई थी उसमें एक डीसी ऑफिस का बंदा होना चाहिए था एक गवर्नर साहब की तरफ से ग्रीवेंस की तरफ से एक बंदा होना चाहिए था और एक बंदा हेल्थ डिपार्टमेंट का होना चाहिए था ये तीनों बंदे हेल्थ के ही आए दो सी एम दफ्तर से एक बी एम आया वो रिपोर्ट जिस तरह से मेरे सामने वो बी को ट्रीट कर रहे थे तो मुझे नहीं लगता वो इस रिपोर्ट में कुछ होगा ठीक है तो आपने सुन लिया कि सीएचसी अखनूर में एक एंबुलेंस है जिस एंबुलेंस में रातों रात टायर लग जाते हैं सामान सारा आ जाता है इंक्वायरी के लिए जब ऑर्डर दे दिया जाता है इंक्वायरी के ऑर्डर देने के बाद ये सारी प्रक्रिया होती है सवाल यहां पर ये खड़ा होता है जो इन्होंने भी कहा कि अगर आप अपने घर में एक नई गाड़ी लेते हैं तो क्या आप उसको रख छोड़ते हैं नहीं आप उसको साफ सुथरा रखते हैं उसको इस्तेमाल करते रहते हैं ताकि गाड़ी बंद ना हो जाए अब आप हिसाब लगाइए गाड़ी में एंबुलेंस में टायर लगाए गए हैं सारा सामान उसके अंदर लगाया गया है लेकिन ग, एंबुलेंस का इंजन सीज है अब बताइए वो एंबुलेंस वहां पर जो खड़ी है वो करेगी क्या शंभू शर्मा का साफ तौर पर प्रशासन से यह आग्रह है कि इस मामले में इंक्वायरी होनी चाहिए और इंक्वायरी जब हो तो उसमें एक बंदा डिप्टी कमिश्नर के दफ्तर का हो एक एलजी के दफ्तर का हो एक, एक स्वास्थ्य विभाग के दफ्तर का हो इन तीनों विभागों के कर्मचारी जब मिलकर इंक्वायरी करेंगे तभी जाकर सच सामने आएगा